ਅੰਮ੍ਰਿਤਸਰ ਦੇ ਸਿਵਲ ਸਰਜਨ ਦਫ਼ਤਰ ਦੇ DIO ਡਾਕਟਰ ਸੁਖਪਾਲ ਸਿੰਘ ਵੱਲੋਂ COVID-19 ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕ ਰਹਿਣ ਅਤੇ ਇਸ ਮਹਾਮਾਰੀ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣ ਤਾਂ ਜੋ ਇਸ ਵੱਧ ਰਹੇ ਵਾਇਰਸ ਉੱਪਰ ਠੱਲ ਪਾਈ ਜਾ ਸਕੇ। ਜਿਸ ਦੌਰਾਨ ਉਹਨਾਂ ਆਖਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਰਕਾਰੀ 30 ਹੈਲਥ ਸੈਂਟਰਸ ਵਿੱਚ ਇਹ ਕੋਰੋਨਾ ਵੈਕਸੀਨ ਬਿਲਕੁਲ ਫ੍ਰੀ ਲਗਾਈ ਜਾ ਰਹੀ ਹੈ ਅਤੇ ਲੋਕ ਇਹਨਾਂ ਸੈਂਟਰਸ ਵਿੱਚ ਪੁੱਜ ਕੇ ਵੱਧ ਤੋਂ ਵੱਧ ਕੋਰੋਨਾ ਵੈਕਸੀਨ ਜ਼ਰੂਰ ਲਗਵਾਉਣ ਤਾਂ ਜੋ ਇਸ ਵੱਧ ਰਹੀ ਮਹਾਮਾਰੀ ਨੂੰ ਜੜੋਂ ਖਤਮ ਕੀਤਾ ਜਾ ਸਕੇ। ਅੰਮ੍ਰਿਤਸਰ ਸ਼ਹਿਰ ਔਰ ਅੰਮ੍ਰਿਤਸਰ ਰੂਰਲ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਸਰਕਾਰ ਵੱਲੋਂ ਕੋਵਿਡ ਵੈਕਸੀਨੇਸ਼ਨ ਲਈ ਸੈਂਟਰ ਬਣਾਏ ਗਏ ਹਨ ਤਾਂ ਕਿ ਵੈਕਸੀਨ ਲਗਾਉਣ ਵਾਲੇ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਉਹਨੂੰ ਬਹੁਤ ਲੰਬਾ ਸਮਾਂ ਪੈਦਲ ਨਾ ਤੁਰਨਾ ਪਵੇ ਜਾਂ ਕੋਈ ਸਫ਼ਰ ਨਾ ਕਰਨਾ ਪਵੇ। ਲਗਭਗ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਉਹਨੂੰ ਕੋਈ ਨਾ ਕੋਈ ਵੈਕਸੀਨੇਸ਼ਨ ਸੈਂਟਰ ਜਿਹੜਾ ਉਹ ਅਵੇਲੇਬਲ ਹੋਵੇਗਾ। ਗੌਰਮੈਂਟ ਦੇ ਵਿੱਚ 235 ਜਿਹੜੇ ਕੋਵਿਡ ਵੈਕਸੀਨੇਸ਼ਨ ਸੈਂਟਰ ਬਣਾਏ ਗਏ ਨੇ ਔਰ ਪ੍ਰਾਈਵੇਟ ਜਿਹੜੇ ਨੇ 75 ਕੋਵਿਡ ਵੈਕਸੀਨੇਸ਼ਨ ਸੈਂਟਰ ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਨੇ ਔਰ ਇਹਨਾਂ ਵੈਕਸੀਨੇਸ਼ਨ ਸੈਂਟਰਾਂ ਦੇ ਵਿੱਚ ਸਾਡੇ ਕੋਲ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਕੋਵੈਕਸੀਨ ਔਰ ਸਰਕਾਰੀ ਹਸਪਤਾਲਾਂ ਦੇ ਵਿੱਚ ਕੋਵਿਸ਼ੀਲਡ ਜਿਹੜੀ ਵੈਕਸੀਨ ਜਿਹੜੀ ਆ ਅਵੇਲੇਬਲ ਹੈ। ਜਿਵੇਂ ਕਿ ਸਰਕਾਰ ਦੀਆਂ ਹਦਾਇਤਾਂ ਔਰ ਇਸ ਮਹਾਂਮਾਰੀ ਨੂੰ ਕਾਬੂ ਕਰਨ ਵਾਸਤੇ ਸਭ ਤੋਂ ਜ਼ਰੂਰੀ ਹੈ ਕਿ ਜਿਹੜੀ ਵੈਕਸੀਨ ਹੈ ਲੋਕਾਂ ਨੂੰ ਲਗਾਈ ਜਾਵੇ ਔਰ ਇਸ ਦੇ ਨਾਲ ਨਾਲ ਬਹੁਤ ਜ਼ਿਆਦਾ ਸਪੀਡ 'ਤੇ ਲਗਾਈ ਜਾਵੇ, ਜਿਸ ਨੂੰ ਮੁਕੰਮਲ ਕਰਨ ਲਈ ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਇਹ ਕੈਂਪ ਲਗਾਏ ਗਏ ਹਨ। ਲਗਭਗ ਹੁਣ ਤੱਕ 70 ਕੈਂਪ ਅਸੀਂ ਲਗਾ ਚੁੱਕੇ ਹਾਂ ਜਿਨ੍ਹਾਂ ਵਿੱਚ ਲੋਕਾਂ ਨੂੰ ਘਰਾਂ 'ਚ ਦੇ ਕੋਲ ਜਾ ਕੇ ਵੈਕਸੀਨੇਟ ਕੀਤਾ ਜਾ ਰਿਹਾ। COVID-19 ਦੀ ਮਹਾਂਮਾਰੀ ਜਿਹਦੇ ਨਾਲ ਤਕਰੀਬਨ 1 ਸਾਲ ਤੋਂ ਜ਼ਿਆਦਾ ਹੋ ਗਿਆ ਸਾਰੀ ਦੁਨੀਆ ਨੂੰ ਜੂਝਦੇ ਹੋਏ, ਇੰਡੀਆ ਵਿੱਚ ਵੀ ਇਸ ਮਹਾਂਮਾਰੀ ਨੇ ਕਾਫੀ ਭਿਆਨਕ ਰੂਪ ਲਿੱਤਾ ਹੈ ਔਰ ਲਗਾਤਾਰ ਕੇਸਿਸ ਵਧਣ ਦੀ ਗਿਣਤੀ ਤੁਸੀਂ ਸਾਰੇ ਦੇਖ ਰਹੇ ਹੋ। ਅੱਜ ਸਿਵਲ ਸਰਜਨ ਆਫਿਸ ਦੇ ਵਿੱਚ DIO ਡਾਕਟਰ ਸੁਖਪਾਲ ਸਿੰਘ ਜੀ ਨਾਲ ਗੱਲ ਕਰਕੇ ਇਹ ਪਤਾ ਲੱਗਾ ਕਿ ਵੈਕਸੀਨੇਸ਼ਨਸ ਕਾਫੀ ਜਗ੍ਹਾ 'ਤੇ ਲਗਾਈਆਂ ਜਾ ਰਹੀਆਂ ਹਨ ਔਰ ਅਪੀਲ ਇਹ ਕੀਤੀ ਜਾਂਦੀ ਹੈ ਕਿ ਜਿੰਨਾ ਹੋ ਸਕੇ ਵੈਕਸੀਨੇਸ਼ਨ ਜਲਦੀ ਤੋਂ ਜਲਦੀ 45 ਸਾਲ ਤੋਂ ਵੱਧ ਉਮਰ ਵਾਲੇ ਬੰਦਿਆਂ ਨੂੰ ਲਗਵਾ ਲੈਣੀ ਚਾਹੀਦੀ ਹੈ। ਕੈਮਰਾ ਪਰਸਨ ਅਜੇ ਕੁਮਾਰ ਨਾਲ JP ਸਿੰਘ, ਫਾਸਟ ਨਿਊਜ਼, ਅੰਮ੍ਰਿਤਸਰ।